ਸਸ ਸਾਲ ਪਿਆਰੇ ਬੱਚਿਓ ਮੈਂ ਜਗਜੀਵਨ ਜੋਤ ਸਿੰਘ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਰਹਾਣਾ ਤਾਂ ਬੱਚਿਓ ਜੋ ਅੱਜ ਆਪਾਂ ਕਰਨ ਜਾ ਰਹੇ ਆ ਆਪਾਂ ਇੰਟਰੋਡਕਸ਼ਨ ਦੇਖ ਰਹੇ ਆ ਸਾਇੰਸ ਦੀ ਤਾਂ ਸਾਇੰਸ ਕੀ ਹੈ ਤਾਂ ਵਟ ਇਜ਼ ਸਾਇੰਸ ਤਾਂ ਇਸ ਵਾਰ ਇਹ ਆਪਾਂ ਪੜਨਾਗਾ ਸਾਇੰਸ ਬਾਰੇ ਪੜਨਾਗਾ ਫਰਦਰ ਸਾਇੰਸ ਦੀਆਂ ਕਿਹੜੀਆਂ-ਕਿਹੜੀਆਂ ਬ੍ਰਾਂਚੇਜ਼ ਨੇ ਉਹਨਾਂ ਬਾਰੇ ਆਪਾਂ ਸਟੱਡੀ ਕਰਨੀ ਆ ਤੇ ਮੇਨ ਜੋ ਆਪਣਾ ਕੰਮ ਹੈ ਉਹ ਹੈ ਫਿਜ਼ਿਕਸ ਬਾਰੇ ਪੜਨਾ ਕਿਉਂਕਿ ਆਪਾਂ ਜੋ ਨੈਕਸਟ ਵੀਡੀਓਜ਼ ਨੇ ਉਸ ਦੇ ਵਿੱਚ ਸਾਰਾ ਫਿਜ਼ਿਕਸ ਦਾ ਹੀ ਕੰਮ ਕਰਨਾਗਾ ਤਾਂ ਅੱਜ ਸਿਰਫ ਇੰਟਰੋਡਕਸ਼ਨ ਹੀ ਆਪਾਂ ਇਸ ਦੀ ਕਰਨੀ ਹੈ ਤਾਂ ਸਾਇੰਸ ਵਾਟ ਇਜ਼ ਸਾਇੰਸ ਫਸਟ ਆਫ 올 ਆਪਾਂ ਸਾਇੰਸ ਦੀ ਗੱਲ ਕਰਦੇ ਆ ਕਿਉਂਕਿ 10th ਤੱਕ ਆਪਾਂ ਸਾਇੰਸ ਬਾਰੇ ਪੜਿਆ ਤਾਂ ਹੁਣ ਫਰਦਰ ਜਿਹੜੀ ਸਾਇੰਸ ਆ ਅਗਲੀਆਂ ਕੈਟਾਗਰੀਜ਼ ਦੇ ਵਿੱਚ ਜਿਹੜੀ ਡਿਵਾਈਡ ਹੋ ਜਾਵੇਗੀ ਉਹਨਾਂ ਬਾਰੇ ਵੀ ਆਪਾਂ ਜਾਣਾਂਗੇ ਕਿਹੜੀਆਂ-ਕਿਹੜੀਆਂ ਕੈਟਾਗਰੀਜ਼ ਨੇ ਉਹ ਜਿਦਾਂ ਫਿਜ਼ਿਕਸ ਕੈਮਿਸਟਰੀ ਬਾਇਓ ਤਾਂ ਸਾਇੰਸ ਕਿਸ ਨੂੰ ਕਿਹਾ ਜਾਂਦਾਗਾ ਅਪਨ ਅਕੋਰਡਿੰਗ ਸਾਇੰਸ ਕੀ ਹੈ ਤਾਂ ਦੇਖੋ ਜੋ ਸਾਇੰਸ ਹੈ ਦਾ ਵਰਡ ਸਾਇੰਸ ਇਜ਼ has been derived from the latin word scientia jisda matlab hai knowledge science da matlab hai sirf knowledge knowledge nu hi science bhuleya janda ga ta science has been derived from the latin word scientia which means knowledge agge chalde ha te appa is nu dekhde ha ta kidda appa is di jehdi definition de sakde ha ਡੈਫੀਨੇਸ਼ਨ ਆਫ ਸਾਇੰਸ ਦਾ ਨੋਲੇਜ ਗੇਨ ਥਰੂ ਆਬਜ਼ਰਵੇਸ਼ਨ ਐਂਡ ਐਕਸਪੈਰੀਮੈਂਟਸ ਇਜ਼ ਨੋਨ ਐਸ ਸਾਇੰਸ ਦੇਖੋ ਕੁਝ ਵੀ ਸਿੱਖਣਾ ਉਸ ਨੂੰ ਆਪਾਂ ਸਾਇੰਸ ਬੋਲ ਸਕਦੇ ਆ ਤਾਂ ਆਪਾਂ ਦੇਖੋ ਇੱਕ ਨਿੱਕਾ ਬੱਚਾ ਹੁੰਦਾਗਾ ਤੇ ਉਸ ਨੂੰ ਜਿੱਦਾਂ ਕੁਝ ਨਹੀਂ ਪਤਾ ਹੁੰਦਾ ਬਟ ਉਹ ਦੇਖ ਦੇਖ ਕੇ ਦੇਖ ਦੇਖ ਕੇ ਆਪਣੇ ਆਲੇ ਦੁਆਲੇ ਜੋ ਵੀ ਐਕਟੀਵਿਟੀਜ਼ ਹੋ ਰਹੀਆਂ ਨੇ ਉਹਨਾਂ ਤੋਂ ਉਹ ਕੁਝ ਨਾ ਕੁਝ ਸਿੱਖਦਾ ਰਹਿੰਦਾਗਾ ਮੀਨਸ ਆਪਾਂ ਬੋਲ ਸਕਦੇ ਹਾਂ ਉੱਥੇ ਸਾਇੰਸ ਜਿਹੜੀ ਡਿਵੈਲਪ ਹੋ ਰਹੀ ਉਸ ਦੇ ਵਿੱਚ ਉਹ ਸਿੱਖ ਰਿਹਾ ਹੈਗਾ ਠੀਕ ਹੈ ਨਾ ਤਾਂ ਕੁਝ ਵੀ ਸਿੱਖਣਾ ਦਾ ਨੋਲੇਜ ਗੇਨ ਥਰੂ ਆਬਜ਼ਰਵੇਸ਼ਨ ਮੀਨਸ ਦੇਖਣਾ ਜਾਂ ਕੋਈ ਕੰਮ ਕਰਕੇ ਦੇਖੋ ਆਬਜ਼ਰਵੇਸ਼ਨ ਮਤਲਬ ਕਿਸੇ ਚੀਜ਼ ਨੂੰ ਦੇਖ ਕੇ ਸਿੱਖਣਾ ਐਕਸਪੈਰੀਮੈਂਟ ਮੀਨਸ ਕਿਸੇ ਚੀਜ਼ ਨੂੰ ਕਰਕੇ ਸਿੱਖਣਾ ਤਾਂ ਜਦ ਤ ਆਪਾਂ ਕਿਸੇ ਨੂੰ ਦੇਖ ਕੇ ਸਿੱਖਦੇ ਆ ਤੇ ਜਾਂ ਫਿਰ ਆਪਾਂ ਖੁਦ ਉਸ ਕੰਮ ਨੂੰ ਕਰਕੇ ਸਿੱਖਦੇ ਆ ਤਾਂ ਉਸ ਨੂੰ ਹੀ ਸਾਇੰਸ ਬੋਲਿਆ ਜਾਂਦਾਗਾ ਜਦੋਂ ਆਪਾਂ ਕੋ ਸਿੱਖਦੇ ਆ ਤਾਂ ਬੋਲ ਸਕਦੇ ਆ ਉਸ ਨੂੰ ਸਾਇੰਸ ਠੀਕ ਹੈ ਜਿਹਦਾ ਨੋਲੇਜ ਗੇਨ ਥਰੂ observation and experiments is known as science now the division of science ta jo science hai isnu further apan divide karange ta main two category de vich jehdi science hai apne kole divide hui hui hai kidni kidni ne do categories ek biological science te ek physical science ਬਾਇਓਲੋਜੀਕਲ ਸਾਇੰਸ ਇਹ ਉਹ ਵਾਲੀ ਬ੍ਰਾਂਚ ਹੈ ਜਿਸ ਦੇ ਵਿੱਚ ਆਪਾਂ ਲਿਵਿੰਗ ਥਿੰਗਸ ਦੀ ਜਿਹੜੀ ਗੱਲ ਕਰਨੀ ਹੈ ਲਿਵਿੰਗ ਥਿੰਗਸ ਜਿਹੜੀ ਸਾਇੰਸ ਲਿਵਿੰਗ ਥਿੰਗਸ ਦੇ ਨਾਲ ਡੀਲ ਕਰਦੀ ਹੈ ਲਿਵਿੰਗ ਥਿੰਗ ਦੀ ਸਟੱਡੀ ਕਰਦੀ ਹੈ ਉਸ ਨੂੰ ਆਪਾਂ ਬਾਇਓਲੋਜੀਕਲ ਸਾਇੰਸ ਦੇ ਵਿੱਚ ਪਾ ਦਾਂਗੇ ਤੇ ਜਿਹੜੀ ਨੌਨ ਲਿਵਿੰਗ ਥਿੰਗਸ ਦੀ ਗੱਲ ਕਰੂਗੀ ਉਸ ਨੂੰ ਆਪਾਂ ਫਿਜ਼ੀਕਲ ਸਾਇੰਸ ਦੇ ਵਿੱਚ ਰੱਖਦੇ ਹਾਂ ਤਾਂ ਹੁਣ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਜੋ ਬਾਇਓਲੋਜੀਕਲ ਸਾਇੰਸ ਹੈ ਵੀ ਫਰਦਰ ਦੋ ਦੋ ਕੈਟਾਗਰੀ ਦੇ ਵਿੱਚ ਵੰਡੀ ਹੁੰਦੀ ਹੈ ਤੇ ਫਿਜ਼ੀਕਲ ਸਾਇੰਸ ਦਿਆਂ ਵੀ ਅੱਗੇ ਬ੍ਰਾਂਚੇਜ਼ ਨੇ ਤਾਂ ਕਿੱਦਾਂ ਨੇ ਆਪਾਂ ਉਸ ਨੂੰ ਦੇਖਦੇ ਹਾਂ ਨਾਓ ਦਾ ਬਾਇਓਲੋਜੀਕਲ ਸਾਇੰਸ ਬਾਇਓਲੋਜੀਕਲ ਸਾਇੰਸ ਜੋ ਬਾਇਓ ਹੈ ਉਸ ਨੂੰ ਆਪਾਂ ਫਰਦਰ ਦੋ ਕੈਟਾਗਰੀ ਦੇ ਵਿੱਚ ਵੰਡਿਆ ਹੋਇਆ ਇੱਕ ਬੋਟਨੀ ਤੇ ਇੱਕ ਜ਼ੋਲੋਜੀ ਬੋਟਨੀ ਅ ਦੇ ਵਿੱਚ ਕੀ ਹੁੰਦਾ ਜੋ ਲਿਵਿੰਗ ਥਿੰਗਸ ਦੀ ਆਪਾਂ ਗੱਲ ਕਰਦੇ ਇਸ ਦੇ ਵਿੱਚ ਆਪਾਂ ਪਲਾਂਟਸ ਦੀ ਗੱਲ ਕਰਾਂਗੇ ਬਿਕਾਜ਼ ਪਲਾਂਟਸ ਵੀ ਲਿਵਿੰਗ ਥਿੰਗਸ ਦੇ ਵਿੱਚ ਆ ਜਾਂਦੇ ਨੇ ਤੇ ਜ਼ੋਲੋਜੀ ਦੇ ਵਿੱਚ ਆਪਾਂ ਐਨੀਮਲ ਦੀ ਸਟੱਡੀ ਕਰਨੀ ਹੈ ਤਾਂ ਜਿਸ ਦੇ ਵਿੱਚ ਪਲਾਂਟਸ ਦੀ ਸਟੱਡੀ ਹੁੰਦੀ ਹੈ ਉਸ ਨੂੰ ਬੋਟਨੀ ਦਾ ਨਾਮ ਦਿੱਤਾ ਜਾਂਦਾ ਹੈ ਤੇ ਜਿਸ ਦੇ ਵਿੱਚ ਐਨੀਮਲ ਦੀ ਸਟੱਡੀ ਹੈ ਉਸ ਨੂੰ ਜ਼ੋਲੋਜੀ ਦਾ ਨਾਮ ਦਿੱਤਾ ਜਾਂਦਾ ਹੈ ਨਾਓ ਫਿਜ਼ੀਕਲ ਸਾਇੰਸ ਤਾਂ ਫਿਜ਼ੀਕਲ ਸਾਇੰਸ ਦੇ ਵਿੱਚ ਜੋ ਆਪਣੇ ਕੋਲੇ ਮੇਨ ਬ੍ਰਾਂਚੇਸ ਨੇ ਉਹ ਆ ਰਹੀਆਂ ਫਿਜ਼ਿਕਸ ਕੈਮਿਸਟਰੀ ਮੈਥ ਐਕਸਟਰਾ ਦਾ ਮੇਨ ਬ੍ਰਾਂਚੇਸ ਆਫ ਦਾ फिजिकल साइंस तो फिजिक्स तो कमिस्ट्री जो दोनों ही फिजिकल सैंस के आदि ने तो अपना जोड़ा मेन काम है वह है फिजिक्स बारे जानना तो वट इज़ फिजिक्स आप चलते हाँ नाउ द नैक्सट क्वेश्चन इज वट इज फिजिक्स तो फिजिक्स की है तो बहुत ही ज़्यादा इंट्रस्टिंग जोड़ा सबजैक्ट है फिजिक्स तो की है फिजिक्स इस बारे आप देखते हैं तो वट इज़ फिजिक्स द वर्ड फिजिक्स इज़ कमिंग फ्रॉम द ग्रीक वर्ड फ्यूसिस और संस्कृत वर्ड की दोनों का ही मतलब हों मतलब है नेचर कुदरत ਨੇਚਰ ਠੀਕ ਹੈ ਜੀ ਦਾ ਵਰਡ ਫਿਜ਼ਿਕਸ ਇਸ ਕਮਿੰਗ ਫਰੋਮ ਦਾ ਗ੍ਰੀਕ ਵਰਡ ਫਿਊਸਿਸ ਐਂਡ ਸੰਸਕ੍ਰਿਤ ਵਰਡ ਬੋਤਕੀ ਜਿਨ੍ਹਾਂ ਦਾ ਮਤਲਬ ਹੈ ਨੇਚਰ ਤਾਂ ਫਿਜ਼ਿਕਸ ਇੱਕ ਏਦਾਂ ਦੀ ਬ੍ਰਾਂਚ ਹੈ ਸਾਇੰਸ ਦੀ ਜੋ ਨੇਚਰ ਤੇ ਨੇਚਰ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਦੇ ਨਾਲ ਲਿੰਕਡ ਹੈ ਤਾਂ ਸਾਰੀ ਫਿਜ਼ਿਕਸ ਦੇ ਵਿੱਚ ਆਪਾਂ ਨੇਚਰ ਬਾਰੇ ਤੇ ਨੇਚਰ ਦੇ ਵਿੱਚ ਹੋਣ ਵਾਲੇ ਨੇਚਰਲ ਫੀਨੋਮਿਨਸ ਬਾਰੇ ਹੀ ਪੜਨਾਗਾ ਹੁਣ ਨੇਚਰਲ ਫੀਨੋਮਿਨਸ ਲਾਈਕ ਦਿਨ ਰਾਤ ਬਣ ਰਹੇ ਨੇ ਅਰਥ ਘੁੰਮ ਰਹੀ ਆ ਰਾਉਂਡ ਸਨ ਮੂਨ ਘੁੰਮ ਰਿਹਾ ਆ ਰਾਉਂਡ ਅਰਥ ਸਾਰੇ ਪਲੈਨਟ ਆਪਣਾ ਸਾਰਾ ਯੂਨੀਵਰਸ ਚੱਲ ਰਿਹਾਗਾ ਆਪਾਂ ਤਰ ਰਹੇ ਹਾਂ ਕੋਈ ਚੀਜ਼ ਉੱਪਰੋਂ ਛਿਤੀ ਨੀਚੇ ਵੱਲ ਕਿਉਂ ਆਉਂਦੀ ਆ ਠੀਕ ਹੈ ਜੀ ਤਾਂ ਜਿੰਨੀਆਂ ਵੀ ਚੀਜ਼ਾਂ ਨੇ ਜੋ ਵੀ ਆਪਣੇ ਵਾਲੇ ਦਿਵਾਲੇ ਐਕਟੀਵਿਟੀਜ਼ ਹੋ ਰਹੀਆਂ ਨੇ ਇਦਾਂ ਦੀਆਂ ਠੀਕ ਹੈ ਜੀ ਤਾਂ ਸਾਰੀਆਂ ਫਿਜ਼ਿਕਸ ਦੇ ਨਾਲ ਰਿਲੇਟਡ ਨੇ ਆਪਾਂ ਉਹਨਾਂ ਦਾ ਜਿਹੜਾ ਰੀਜ਼ਨ ਆ ਸੈਂਟੀਫਿਕ ਰੀਜ਼ਨ ਜਿਹੜਾ ਫਿਜ਼ਿਕਸ ਦੇ ਹੈਲਪ ਦੇ ਨਾਲ ਦੇ ਸਕਦੇ ਆ ਠੀਕ ਆ ਜੀ ਕੋਈ ਬੋਲ ਰੋਲ ਕਰ ਰਹੀ ਆ ਰੋਡ ਦੇ ਉੱਪਰ ਤਾਂ ਹੌਲੀ ਹੌਲੀ ਆਪਣੇ ਥੋੜੇ ਟਾਈਮ ਬਾਦ ਰੁਕ ਜਾਂਦੀ ਆ ਉਸ ਦੇ ਰੁਕਣ ਦਾ ਕੀ ਕਾਰਨ ਆ ਆਪਾਂ ਮੂਵ ਕਰ ਸਕਦੇ ਆ ਆਪਣੇ ਤੁਰਨ ਦਾ ਕੀ ਕਾਰਨ ਆ ਕਿਦਾਂ ਆਪਾਂ ਸਲਿੱਪ ਵੀ ਕਰ ਜਾਂਦੇ ਆ ਨਾ ਸਲਿੱਪ ਕਿਉਂ ਕੀਤੇ ਤਾਂ ਇਲੈਕਟ੍ਰਿਸਿਟੀ ਦਾ ਸਾਰਾ ਆ ਗਿਆ ਜਿੰਨੇ ਇਲੈਕਟ੍ਰਿਕ ਅਪਲਾਈਂਸ ਆ ਉਹ ਕਿਦਾਂ ਚੱਲ ਰਹੇ ਨੇ ਕੀ ਉਹਨਾਂ ਦਾ ਪ੍ਰਿੰਸੀਪਲ ਆ ਇਹ ਸਾਰਾ ਹੀ ਕੁਝ ਫਿਜ਼ਿਕਸ ਦੇ ਨਾਲ ਲਿੰਕਡਾ ਫਰਦਰ ਫਿਜ਼ਿਕਸ ਦੀਆਂ ਵੀ ਬਹੁਤ ਸਾਰੀਆਂ ਬ੍ਰਾਂਚੇਜ਼ ਨੇ ਤਾਂ ਉਹਨਾਂ ਬਾਰੇ ਵੀ ਆਪਾਂ ਅੱਗੇ ਚੱਲ ਕੇ ਹੌਲੀ-ਹੌਲੀ ਜਿਹੜਾ ਡਿਸਕਸ ਕਰਾਂਗੇ ਤਾਂ ਅੱਜ ਦੇ ਲਈ ਸਿਰਫ ਤੁਹਾਡਾ ਇੰਨਾ ਹੀ ਕੰਮ ਹੈ ਇਸ ਨੂੰ ਵੀਡੀਓ ਨੂੰ ਦੇਖੋ ਤੇ ਇਸ ਨੂੰ ਨੋਟ ਕਰੋ ਆਪਣੀ ਨੋਟਬੁੱਕ ਦੇ ਉੱਪਰ ਜਿੰਨਾ ਕੰਮ ਕੀਤਾ ਇਸ ਨੂੰ ਸਾਰੇ ਉਹਨਾਂ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰੋ ਜਿਹੜਾ ਨੈਕਸਟ ਆਪਾਂ ਕੰਮ ਕਰਨ ਜਾ ਰਹੇ ਹਾਂ ਤਾਂ ਉਸ ਦੇ ਵਿੱਚ ਆਪਾਂ ਫੰਡਮੈਂਟਲ ਫੋਰਸਿਜ਼ ਬਾਰੇ ਪੜ੍ਹਨਾਂਗੇ ਫੰਡਾਮੈਂਟਲ ਫੋਰਸਿਸ ਕੀ ਹੁੰਦੀਆਂ ਨੇ ਨੇਚਰ ਦੇ ਵਿੱਚ ਚਾਰ ਫੰਡਾਮੈਂਟਲ ਫੋਰਸਿਸ ਨੇ ਉਹਨਾਂ ਚਾਰ ਫੰਡਾਮੈਂਟਲ ਫੋਰਸਿਸ ਬਾਰੇ ਪੜ੍ਹਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਆਸ ਕਰਦਾ ਹਾਂਗਾ ਵੀਡੀਓ ਚੰਗੀ ਤਰ੍ਹਾਂ ਸਮਝ ਲੱਗੀ ਹੋਊਗੀ ਜੇ ਨਹੀਂ ਸਮਝ ਆਇਆ ਤਾਂ ਵੀਡੀਓ ਨੂੰ ਦੁਬਾਰਾ ਦੁਬਾਰਾ ਸੁਣਿਓ ਤਾਂ ਕਲੀਅਰ ਹੋ ਜਾਏਗਾ ਥੈਂਕ ਯੂ